ਉਧਰ ਨੂੰ ਜਾਂਦੇ ਆ। ਨਾ ਪੁੱਤ, ਇੱਧਰ ਨੂੰ ਤੇ ਮੇਨ ਰੋਡ ਪੈਂਦਾ ਵਾ, ਇੱਧਰ ਨੂੰ ਨਹੀਂ ਜਾਣਾ, ਇੱਧਰ ਨੂੰ ਤੇ ਆਪਾਂ ਫੜੇ ਜਾਣਾ ਵਾ, ਇੱਧਰ ਨੂੰ ਜਾਂਦੇ ਆ, ਇੱਧਰ ਨੂੰ ਪਿੰਡਾਂ ਥਾਣੀ ਚੱਲ ਜਾਾਂਗੇ ਨਾਲੇ। ਮਾਮਾ ਫੜਨਾ ਕਿੰਨੇ ਆ ਸਾਨੂੰ? ਉਹ ਪੁੱਤ ਤੈਨੂੰ ਨਹੀਂ ਪਤਾ ਕਿੰਨੇ ਫੜਨਾ, ਤੂੰ ਆ, ਤੈਨੂੰ ਨਹੀਂ ਇਹ ਗੱਲ ਦਾ ਪਤਾ, ਆਪਾਂ ਇੱਧਰ ਨਹੀਂ ਜਾਂਦੇ ਪਿੰਡਾਂ ਵਿੱਚੋਂ ਦੀ ਨਾ, ਨਾਲੇ ਇੱਧਰ ਦੀ ਨਹੀਂ ਆਵਾਜਾਈ ਹੈਗੀ, ਇੱਧਰ ਦੀ ਨਹੀਂ ਪਤਾ ਲੱਗਣਾ ਸਾਡਾ ਕਿਸੇ ਨੂੰ ਵੀ। ਮਾਮਾ ਹਾਂ, ਭੁੱਖ ਲੱਗੀ ਆ। ਕੋਈ ਨਹੀਂ ਪੁੱਤ, ਤੈਨੂੰ ਮੈਂ ਨਾ ਰਾਹ 'ਚੋਂ ਕੁਛ ਲੈ ਕੇ ਖਵਾਲ ਦੂੰਗੀ, ਆ ਜਾ ਮੇਰੇ ਨਾਲ ਤੂੰ। ਮੈਨੂੰ ਨਾ ਚੱਪਲਾਂ 'ਚ ਠੰਡ ਵੀ ਲੱਗਣ ਡੀ ਆ, ਪੈਰ ਭੱਜ ਗਏ ਸਾਰੇ। ਹਾਏ ਹਾਏ ਨੀ, ਮੇਰੀ ਇਹ ਕਿਸਮਤ ਏ, ਮੇਰੀ ਤਾਂ ਕਿਸਮਤ ਮਾੜੀ ਮਾੜੀ ਹੈ ਹੀ, ਨਾਲ ਮੇਰੀ ਵਿਚਾਰੀ ਧੀ ਨੂੰ ਵੀ ਧੱਕੇ ਖਾਣੇ ਪੈਣ ਡਏ ਆ, ਛੇਤੀ ਛੇਤੀ 'ਚ ਮੈਂ ਉਹਦੇ ਵੀ ਨਾ ਪੈਰ ਵੇਖੇ ਵੀ ਉਹਨੇ ਜਰਾਬਾਂ ਪਾਈਆਂ ਵਾ ਕਿ ਬੂਟ ਪਾਏ ਆ ਕਿ ਨਹੀਂ। ਚੱਲ ਆ ਮੇਰਾ ਪੁੱਤ, ਮੈਂ ਤੈਨੂੰ ਨਾ ਗਾੜੀਓਂ ਜਾ ਕੇ ਦੁਕਾਨ ਤੋਂ ਜਰਾਬਾਂ ਅਤੇ ਬੂਟ ਲੈ ਦਿੰਦੀ ਹਾਂ, ਠੀਕ ਆ? ਇੰਨੇ ਵਿਚਾਰੀ ਮੇਰੀ ਜਵਾਕੜੀ ਨੇ ਹੁਣ ਮੇਰੇ ਨਾਲ ਕਿੱਥੇ ਕਿੱਥੇ ਨਾਲ ਧੱਕੇ ਖਾਊਗੀ। ਸ਼ੁਕਰ ਆ ਕਿਤੇ ਅੱਜ ਧੁੱਪ ਲੱਗੀ ਹੈ, ਅਤੇ ਮੀਂਹ ਨੇ ਤਾਂ ਖਲਾਰਾ ਹੀ ਪਾ ਛੜਿਆ ਕਿੰਨੇ ਦਿਨ, ਨਾ ਕੋਈ ਕੰਮ ਕਰਨ ਨੂੰ ਜੀ ਕਰਦਾ ਅਤੇ ਨਾ ਕੁਝ। ਚੱਲ ਆਹ ਜਿਹੜੇ ਹੁਣ ਧੁੱਪੇ ਆ ਨਾ, ਇਹ ਸੁੱਕ ਜਾਣ ਅੱਜ। ਮੀਂਹ 'ਚ ਤਾਂ ਕੋਈ ਕੰਮ ਕਰਨ ਨੂੰ ਜੀ ਹੀ ਨਹੀਂ ਕਰਦਾ। ਉੱਧਰ ਨੂੰ ਕਰ ਲਈ ਥੋੜ੍ਹੇ ਜਿਹੇ ਹੋਰ ਆ ਜਾਣਗੇ ਜਿਹੜੇ। ਇੱਧਰ ਨਹੀਂ ਅੱਜ ਕੋਈ ਦਿਖਣ ਡਿਆ, ਪਤਾ ਨਹੀਂ ਕਿੱਥੇ ਚੱਲ ਗਿਆ, ਨਾ ਸੁੱਖ ਸਾਹਮਣੇ ਦਿਖਣ ਡਈ ਆ, ਇਕੱਲੇ ਤਾਈ ਜੀ ਬੈਠੇ ਆ। ਪੁੱਛਾਂ ਨਾ ਜਾ ਕੇ ਕਿੱਧਰ ਗਈ ਸੁੱਖ, ਉੱਧਰ ਜਾਂਦੀ ਤਾਈ ਜੀ ਵੱਲ। ਤਾਈ ਜੀ ਬੈਠੇ ਜੇ, ਆ ਜਾ ਸੰਦੀਪ ਪੁੱਤ। ਸਤਿ ਸ਼੍ਰੀ ਅਕਾਲ ਤਾਈ ਜੀ। ਸਤਿ ਸ਼੍ਰੀ ਅਕਾਲ, ਬਹਿ ਜਾ। ਬੈਠੇ ਬਸ, ਹੋਰ ਧੁੱਪ ਡਏ ਸੀ, ਧੁੱਪ ਡਏ ਧੁੱਪੇ, ਫਿਰ ਮੈਂ ਨਹਾ ਕੇ ਹਟੀ ਸੀ ਤੇ ਮੈਂ ਕਿਹਾ ਚੱਲ ਧੁੱਪੇ ਘੜੀ ਬਹਿ ਜਾਂਦੀ ਹਾਂ ਸਿਰ ਪਿੰਡ। ਆਹ ਮੀਂਹ ਨੇ ਕਿਸੇ ਬੰਨੇ ਲੱਗਣ ਦੇਣ ਡਿਆ, ਤੇ ਕਿੰਨੇ ਦਿਨ ਹੋ ਗਏ। ਠੰਡ ਵੀ ਬੜੀ ਸੀ ਨਾ, ਬੜੀ ਤੁਸੀਂ ਕਿਹੜੀਆਂ ਬਾਹਰ ਨਿਕਲਦੀਆਂ ਹੀ ਹੋ, ਕਿਤੇ ਕਿਸੇ ਦਾ ਪਤਾ ਨਹੀਂ ਲੈਣਾ, ਕਿਸੇ ਨੂੰ ਲਾਗੇ ਬਹਿਣਾ ਨਹੀਂ। ਤਾਈ ਜੀ ਸਾਰੀ ਦਿਹਾੜੀ ਘਰੇ ਅੰਦਰੇ ਵੜੀਆਂ ਰਹਿੰਦੀਆਂ ਏ। ਹੁਣ ਤਾਈ ਜੀ ਤੁਹਾਨੂੰ ਪਤਾ ਹੀ ਆ, ਕੰਮ ਤਾਂ ਸਾਰਾ ਅੰਦਰੋਂ ਅੰਦਰ ਹੀ ਆ, ਕੰਮ ਤਾਂ ਸਾਰੀ ਦਿਹਾੜੀ ਮੁੱਕਦੇ ਹੀ ਨਹੀਂ ਆ। ਹੁਣ ਨਿਆਣੇ ਸਕੂਲ ਜਾਣ ਲੱਗ ਪਏ, ਤਾਂ ਹੁਣ ਚੱਲ ਗਈ ਤਾਂ ਹੈ ਘੜੀ ਰੈਸਟ ਕਰ ਲਈ ਦੀ ਆ। ਇਹ ਤਾਂ ਗੱਲ ਹੈ ਵਾ, ਚਲੋ। ਹਾਂਜੀ, ਹੋਰ ਤੁਸੀਂ ਸੁਣਾਓ, ਸਿਹਤ ਤਾਂ ਠੀਕ ਰਹਿੰਦੀ ਆ? ਸਿਹਤ ਠੀਕ ਹੀ ਆ, ਇਸ ਤਰ੍ਹਾਂ ਹੀ ਆ, ਦਵਾਈ ਪਾਣੀ ਚੱਲਦਾ ਵਾ। ਤਾਈ ਜੀ ਸੁੱਖ ਕਿੱਥੇ ਆ? ਸੁੱਖ ਤਾਂ ਚੱਲ ਗਈ ਆਪਣੇ ਸਹੁਰੇ। ਅੱਛਾ ਅੱਛਾ, ਠੀਕ ਹੁਣ ਪ੍ਰਾਹੁਣਾ? ਪ੍ਰਾਹੁਣਾ ਠੀਕ ਹੀ ਆ, ਜੇ ਉਸ ਤਰ੍ਹਾਂ ਹਸਪਤਾਲ ਹੀ ਆ। ਰੌਣਕ ਨੀ ਹੈਗੀ, ਰੌਣਕ ਕੀ ਹੋਣੀ ਆ ਜਦੋਂ ਫਿਰ ਆਦਮੀ ਹਸਪਤਾਲ ਵਾ ਤੇ ਜਾਂਦੀ ਆਉਂਦੀ ਆ, ਕਦੀ ਰੋਟੀ ਲੈ ਕੇ ਚੱਲ ਗਈ, ਕਦੀ ਪਤਾ ਲੈਣ ਚੱਲ ਗਈ, ਕਦੀ ਦਵਾਈਆਂ ਦੇਣ ਚੱਲ ਗਈ, ਤੇ ਰੌਣਕ ਕਾਹਦੀ ਰਹਿਣੀ ਆ? ਆਹੋ ਇਹ ਤਾਂ ਗੱਲ ਹੈਗੀ ਆ, ਬੰਦੇ ਬਿਨਾਂ ਜਨਾਨੀ ਦੀ ਕਾਹਦੀ ਜ਼ਿੰਦਗੀ ਆ? ਨਾ ਕੁਛ ਵੀ ਨਹੀਂ ਤੇ।
ਨਹੀਂ ਬੰਦਾ ਵੀ ਤੰਦਰੁਸਤੀ ਹੋਵੇ, ਜਨਾਨੀ ਤੰਦਰੁਸਤ ਹੋਵੇ ਤਾਂ ਫੇਰ ਹੀ ਰੌਣਕ ਹੁੰਦੀ ਆ। ਇੱਕ ਹੀ ਬਿਮਾਰ ਹੋ ਗਿਆ ਤੇ ਦੂਜੇ ਦਾ ਗਿਆ ਸਭ ਕੁਛ ਹੀ, ਹਾਂਜੀ ਹਾਂਜੀ, ਫਿਕਰਾਂ ਦੇ ਵਿੱਚ ਹੀ। ਚਲੋ ਰਾਜੀ ਰਹਿਣ। ਚੱਲ ਚੰਗਾ ਤਾਈ ਜੀ, ਫਿਰ ਤੁਸੀਂ ਸੇਖੋ ਧੁੱਪ ਤੇ ਮੈਂ ਜਾਂਦੀ ਹਾਂ। ਚੰਗਾ ਦੱਸਿਓ ਜਦੋਂ ਤਾਈ ਦਾ ਪ੍ਰਾਹੁਣਾ ਘਰ ਦਾ ਪ੍ਰਾਹੁਣਾ ਪਤਾ ਲੈਣ ਅਸੀਂ ਵੀ ਨਾਲ ਚੱਲ ਜਾਂਗੇ ਤੁਹਾਡੇ। ਛੱਡ ਠਾਂ ਕੀ ਪਤਾ ਲੈਣ ਜਾਣਾ। ਨਹੀਂ ਤਾਈ ਜੀ, ਚੰਗੇ ਥੋੜ੍ਹੀ ਲੱਗੀਦਾ, ਕੀ ਕਹਿਣਗੇ ਉਹਦੇ ਸੱਸ ਸਹੁਰਾ। ਉਹ ਹੈ ਹੀ ਬੜੀ ਕੰਜੂਸ ਜਿਹੇ ਹੈਗੇ ਆ, ਫਿਰ ਕੋਈ ਨਾ ਕੁਛ ਹੁਣ ਸੁੱਖ ਨੇ ਗਾੜੀ ਕੁਛ ਤੁਹਾਡੇ ਰੱਖਿਆ ਨਾ, ਅਤੇ ਫਿਰ ਉਹ ਵਿਚਾਰੀ ਪਰੇਸ਼ਾਨ ਹੋਊਗੀ। ਅਤੇ ਚੱਲ ਕੋਈ ਗੱਲ ਨਹੀਂ। ਜਦੋਂ ਗਲਤ ਕੰਮਾਂ ਵਿੱਚ ਸਾਥ ਦਿੱਤਾ, ਜੇ ਪਹਿਲੋਂ ਨਹੀਂ ਬਣਦੀ ਤੇ ਜੇ ਆ ਗਿਆ ਇੱਥੇ ਆਣ ਕੇ ਬਹਿ ਗਿਆ, ਜੇ ਬਣਨ ਲੱਗੀ ਤੇ ਗਲਤ ਕੰਮਾਂ ਦੇ ਵਿੱਚ ਸਾਥ ਦੇ ਕੇ ਤੇ ਉਹਦਾ ਬਹਿ ਗਈ ਆ। ਅਤੇ ਹੁਣ ਔਖੀਆਂ ਮੈਨੂੰ ਕਰਕੇ ਰੱਖ ਦਿੱਤਾ ਇਹਨਾਂ ਨੇ। ਜਿਹੜਾ ਮੈਨੂੰ ਕੋਈ ਪੁੱਛਦਾ ਵਾ, ਮੈਂ ਹੁਣ ਉਹਨਾਂ ਨੂੰ ਕੀ ਜਵਾਬ ਦੇਵਾਂ? ਤੇ ਮੈਨੂੰ ਤੰਗ ਕਰ ਦਿੱਤਾ। ਚਲੋ ਕੀ ਕਰਨਾ, ਮੈਂ ਹੁਣ ਆਪਣਾ ਕਰਮਾਂ ਦਾ ਕੋਈ ਹੋਊ ਮੇਰਿਆਂ 'ਤੇ ਫਰਕ, ਜਿਹੜੀ ਇਸ ਤਰ੍ਹਾਂ ਹੋਈ ਆ। ਪਾਪਾ ਹੋਰ ਪਾ ਦੇ, ਹੋਰ ਪਾ ਦੇਣਾ, ਰੁਕ ਜਾ ਪਾ ਦੇ, ਪਾਪਾ ਕੁਛ ਨਹੀਂ ਹੁੰਦਾ। ਉਹ ਜ਼ਿਆਦਾ ਹੋ ਜਾਣੀ ਆ ਤੈਨੂੰ ਗੁਰੂਆ, ਫਿਰ ਤੈਨੂੰ ਉਹਨਾਂ ਪੁੱਛਣਾ ਕਿੱਥੋਂ ਪੀਤੀ ਤੂੰ ਮੇਰਾ ਨਾਂ ਲਾਉਣਾ। ਮੈਨੂੰ ਤੇਰਾ ਨਾਂ ਤਾਂ ਨਹੀਂ ਪਤਾ। ਆਹੋ ਦੱਸਣਾ ਨਹੀਂ ਗਾ। ਆਹੋ ਮੈਂ ਤੇਰਾ ਨਾਂ ਪੁੱਛਿਆ ਨਹੀਂ। ਆਹੋ ਦੱਸਣਾ ਨਹੀਂ, ਦੱਸਣਾ ਨਹੀਂ ਕਿਸੇ ਨੂੰ ਵੀ ਵੀ ਮੈਂ ਕਿੱਥੋਂ ਪੀਤੀ ਆ। ਜਿਹੜੀ ਕੱਲ ਪੀਤੀ ਸੀ ਉਹਦੇ ਨਾਲ ਠੰਡ ਨੀ ਲੱਥੀ ਤੇਰੀ? ਕੱਲ ਸਵੇਰੇ ਚਾਹ ਪੀਤੀ ਸੀ। ਨਹੀਂ, ਜਿਹੜੀ ਆ ਸ਼ਰਾਬ ਪੀ ਕੇ ਆਇਆ ਹਾਂ, ਉਹ ਕਿੱਥੋਂ ਪੀਤੀ ਸੀ? ਸ਼ਰਾਬ ਹੁੰਦੀ ਕੀ ਆ? ਜਿਹੜਾ ਇੱਥੇ ਆਣ ਕੇ ਡਿੱਗਦਾ ਫਿਰਦਾ ਤੇ ਆਪਣੇ ਪਾਪਾ ਜੀ ਨੂੰ ਡਾਂਗ ਮਾਰੀ ਸੀ ਜਿਹੜੀ, ਚੇਤਾ ਭੁੱਲ ਗਿਆ ਵਾ? ਮੈਂ ਡਾਂਗ ਮਾਰੀ? ਤੇ ਕਿੰਨੇ ਮਾਰੀ ਤੇਰੇ ਫਰਿਸ਼ਤਿਆਂ ਨੇ? ਹੋਰ ਮੈਂ ਤੇ ਪਾਪਾ ਜੀ ਨੂੰ ਪਿਆਰ ਬੜਾ ਕਰਦਾ ਵਾਂ। ਤੇ ਪਿਆਰ ਕਰਦਾ ਨਾ, ਤੈਨੂੰ ਦੱਸਦੇ ਆ ਤੈਨੂੰ ਬਾਅਦ 'ਚ, ਹੁਣ ਤੂੰ ਇੱਕ ਵਾਰ ਚੱਲ ਸਹੀ ਉਹਦੇ ਲਾਗੇ, ਤੈਨੂੰ ਚੰਗੀ ਤਰ੍ਹਾਂ ਤੈਨੂੰ ਪਤਾ ਦੇਣਾ ਉਹਨੇ ਹੁਣ। ਤੇ ਮੈਂ ਕੀ ਕਿਹਾ ਵਾ? ਤੂੰ ਤਾਂ ਮਾਰ ਦੇਣ ਲੱਗਾ ਸੀ ਉਹਨੂੰ ਉਤਰਿਆ। ਮੈਂ ਅੱਜ ਕੱਲ੍ਹ ਕੰਮ ਕਰਨ ਡਿਆ ਸੀ ਤੇ ਮੈਨੂੰ ਪਾਣੀ ਦੀ ਟੇਹ ਲੱਗੀ ਤੇ ਉਹ ਬੰਬੀ 'ਤੇ ਗਿਆ ਤੇ ਉਹ ਪਾਪੇ ਨੇ ਪਾਣੀ ਪਿਆ ਦਾ, ਪਾਣੀ ਪਰ ਕੌੜਾ ਬੜਾ ਸੀ। ਕਿਹੜੇ ਪਾਪੇ ਨੇ ਪਾਣੀ ਪਿਆ ਲਿਆ? ਉਹ ਬੰਬੀ ਦੇ ਪਾਪਾ ਸੀ। ਵੇਖ ਲਾ ਕਿ ਜਿੰਦਰ ਭਾਅ ਜੀ ਜਿਹੜਾ ਵਾ ਨਾ, ਇਹ ਤਾਂ ਪੂਰਾ ਸਰੀਕਾ ਹੀ ਕਰਦਾ ਸਾਡੇ ਨਾਲ, ਲੈ ਵੀ ਟਲਦਾ ਹੀ ਨਹੀਂ ਗੱਲ ਕਰਨ ਤੋਂ ਅਤੇ ਪੁੱਠੀਆਂ ਸਿੱਧੀਆਂ ਮੱਤਾਂ ਦੇਣ ਤੋਂ ਆ ਮੁੰਡੇ ਨੂੰ। ਅਸੀਂ ਵੇਖਦਾ ਇੰਨਾ ਕਰ ਕਰ ਵੇਖ ਲਿਆ ਵਾ, ਪਰ ਉਹਦੀ ਸਿਹਤ 'ਤੇ ਕੋਈ ਅਸਰ ਨਹੀਂ ਆ। ਅਤੇ ਇਹਨਾਂ ਦੇ ਪਾਪਾ ਜੀ ਨੇ ਵੀ ਕੀਤਾ ਵੀ ਚੱਲ ਕੋਈ ਗੱਲ ਨਹੀਂ ਮੇਰਾ ਭਰਾ ਵਾ, ਪਰ ਭਰਾ ਨੇ ਨਾ ਭਰਾਵਾਂ ਵਾਲੀ ਨਹੀਂ ਕੀਤੀ, ਸਰੀਕਾਂ ਵਾਲੀ ਕੀਤੀ ਆ। ਵੇ ਤੂੰ ਲੈਣ ਕੀ ਗਿਆ ਉਧਰ, ਕੰਨ ਕੱਸ ਕੇ ਬੈਠਾ ਉਹ ਕੀ ਲੈਣ ਗਿਆ ਸੀ ਉੱਥੇ? ਉਹ ਬੀਬੀ ਚੰਗਾ ਬੜਾ ਪਾਪਾ ਦੇ, ਤੈਨੂੰ ਤੇ ਬਹੁਤ ਚੰਗਾ ਲੱਗਦਾ ਵਾ ਪਰ ਸਾਨੂੰ ਨਹੀਂ ਉਹ ਚੰਗਾ ਲੱਗਦਾ। ਤੂੰ ਮੈਂ ਫਿਲਮਾਂ ਵਿਖਾ ਲੂੰਗਾ। ਤੇ ਫਿਲਮਾਂ ਘਰ ਨਹੀਂ ਹੈਗੀਆਂ ਸਾਡੇ, ਸਾਡੇ ਘਰ ਐਲਸੀਡੀ ਲੱਗੀ, ਸਭ ਕੁਝ ਲੱਗਾ ਵਾ।
ਵੀ ਤੂੰ ਮੈਨੂੰ ਘਰ ਤੋਂ ਵੜਨੀ ਹੁੰਦੀ ਤੂੰ ਉੱਥੇ ਬੂਹੇ ਗਾੜੀ ਬਹੁਤ ਪੱਠੇ ਪਾ ਪੈਂਦਾ ਮੈਂ ਤੇ ਮੈਂ ਚਾਹ ਬਣਾ ਕੇ ਤੈਨੂੰ ਦਿੰਦੀ ਹਾਂ ਭੱਜ ਜਾ ਮੈਂ ਚੱਲ ਜਾਣਾ ਫਿਰ ਵੀ ਉੱਥੇ ਪਰ ਤੂੰ ਕਿਉਂ ਡਈ ਇਹਨਾਂ ਸਿਰ ਖਪਾਉਣ ਇਹਨੂੰ ਆ ਗਈ ਹੋਸ਼ ਹੁਣ ਕੀ ਲੱਗਾ ਸੀ ਇਹ ਚੰਦ ਚਾਹਣ ਕੱਲ ਉਹ ਕਹਿੰਦਾ ਮੇਰਾ ਤੇ ਪਾਪਾ ਵਾ ਚੰਗਾ ਹੀ ਬੜਾ ਵਾ ਮੈਂ ਗਿਆ ਹਰ ਦਿਨ ਦੱਸੋਂ ਦੀ ਬੰਬੀ ਤੇ ਮੈਂ ਚੱਲ ਉਹਨੂੰ ਪੁੱਛਦਾ ਭਲਾ ਤੇ ਉੱਥੇ ਨੀਗਾ ਉਹ ਮੈਨੂੰ ਟੱਕਰਿਆ ਫਿਰ ਮੈਂ ਬੜਾ ਆਪਣੇ ਮਨ ਨਾਲ ਸੋਚ ਵਿਚਾਰ ਕੀਤੀ ਇਸ ਗੱਲ ਦੀ ਵੀ ਜੇ ਇਹਨੂੰ ਮੈਂ ਪੁੱਛ ਲਿਆ ਇਹਨੇ ਤੈਨੂੰ ਪਤਾ ਵੀ ਗੱਲ ਪੈਣ ਤੋਂ ਰਹਿੰਦਾ ਨੀਗਾ ਇਹਨੇ ਝੂਠਾ ਹੀ ਇਹਨੇ ਲੜੀ ਜਾਣਾ ਮੇਰੇ ਨਾਲ ਅਤੇ ਮੁੜ ਕੇ ਗੱਲ ਜਾਂ ਤਾਂ ਥਾਣੇ ਜਾਣੀ ਅਤੇ ਜਾਂ ਪੰਚਾਇਤ 'ਚ ਜਾਣੀ ਆ ਜੇ ਉਹ ਪੰਚਾਇਤ ਚੱਲ ਗਈ ਥਾਣੇ ਚੱਲ ਗਈ ਉਹਨੇ ਕਹਿਣਾ ਲਿਆਓ ਮੁੰਡਾ ਕਿਹੜਾ ਫਿਰ ਸਾਡੇ ਪੋਲ ਸਾਰੇ ਯਾਰ ਹੋ ਜਾਣੇ ਉਹਨਾਂ ਨੇ ਪੁੱਛਣਾ ਵਾ ਵੀ ਕੌਣ ਮੁੰਡਾ ਵਾ ਕਿੱਥੋਂ ਆਇਆ ਤੁਸੀਂ ਕਿੱਥੋਂ ਲਿਆਂਦਾ ਫਿਰ ਅਸੀਂ ਕੀ ਜਵਾਬ ਦੇਵਾਂਗੇ ਹਾਏ ਚਲ ਕਿਹੜੇ ਹਿਸਾਬ ਨਾਲ ਇੱਧਰ ਗਿਆ ਪਹਿਲਾਂ ਇੱਥੋਂ ਗਾਂ ਤੇ ਜਾਂਦਾ ਨੀਗਾ ਤੇ ਇਹ ਕਿੱਦਾਂ ਚੱਲ ਗਿਆ ਉੱਧਰ ਤੇ ਇੱਦਾਂ ਵਾ ਵੀ ਇਹ ਹੋ ਗਿਆ ਵਾ ਡਰੂ ਇਹਦੇ ਮਾਰਨਾ ਇਹਦੇ ਮਾਰਨਾ ਸੰਗਲ ਇਹਨੂੰ ਕੰਮ ਕਰਾ ਕੇ ਇਹਦਾ ਧਿਆਨ ਰੱਖਣਾ ਕੰਮ ਕਰਦੇ ਇਹਦੇ ਲਾਗੇ ਰਹਿਣਾ ਜਦੋਂ ਇਹਨੇ ਕੰਮ ਕਰਨਾ ਇਹਦੇ ਉਦੋਂ ਸੰਗਲ ਮਾਰਦੇ ਪੈਰਾਂ ਨੂੰ ਉਹਦੇ ਸੋਨੂ ਨੂੰ ਕਹਿੰਦੇ ਅਤੇ ਜਾਂ ਮੈਂ ਮਾਰ ਦਿੰਦਾ ਇਹਨੂੰ ਉਦੋਂ ਜਿੰਦਾ ਮਾਰ ਦੇਣਾ ਇਹ ਸੰਗਲ ਪੈਰਾਂ ਨੂੰ ਇਹ ਕਿਸੇ ਦੇ ਤਾਂ ਚੁੱਕਣਾ ਤਾਂ ਆ ਜਾਣਾ ਹੀ ਉਹ ਇਹਨੇ ਇੱਥੋਂ ਨਿਕਲ ਜਾਣਾ ਵਾ ਮੁੜ ਕੇ ਗਾਂ ਦਾ ਗਾਂ ਗਾਂ ਦਾ ਗਾਂ ਕੀ ਪਤਾ ਕਿਹਦੇ ਕੋਲ ਚਲੇ ਜਾਣਾ ਇਹਨੇ ਅਤੇ ਇਹੋ ਜਿਹੇ ਪਤਾ ਨਹੀਂ ਗਾ ਜਦੋਂ ਇਹ ਹੋ ਗਿਆ ਨਾ ਸਹੀ ਅੱਜ ਸਾਡੇ ਨਾਲ ਲੜਿਆ ਵਾਰ ਕੱਲ੍ਹ ਨੂੰ ਸਾਡਾ ਭਾਵੇਂ ਰਾਨ ਨੂੰ ਆਣ ਕੇ ਸਿਰ ਪਾੜ ਜੇ ਕੁਛ ਮਾਰ ਜੇ ਸੰਗਲ ਕਿੱਥੋਂ ਲੈਣਾ ਉਹ ਸੰਗਲ ਵੀ ਲੈ ਲਾਂਗੇ ਬਾਕੀ ਇਹ ਆ ਆਪਣਾ ਘਰ ਸੰਭਾਲੀਏ ਅਤੇ ਕਿਸੇ ਨੂੰ ਨਾ ਆਖੀਏ ਚੋਰ ਸਾਨੂੰ ਆਪਣਾ ਘਰ ਸੰਭਾਲਣਾ ਪੈਣਾ ਵਾ ਅਤੇ ਕਿਸੇ ਨੂੰ ਨਾ ਆਪਾਂ ਕੁਛ ਵੀ ਆਖੀਏ ਵੀ ਕਿੰਨੇ ਪਿਆਲੀ ਅਤੇ ਕਿੰਨੇ ਨਹੀਂ ਪਿਆਲੀ ਹਾਂ ਸਾਡੇ ਨਿਕਲ ਜਾਣੇ ਯਾਰ ਹੋ ਜਾਣੀ ਵੀ ਕਿੱਥੋਂ ਆਇਆ ਏ ਮਾਫ ਕਰ ਦਿਓ ਮੁੜ ਕੇ ਫਿਰ ਧਿਆਨ ਰੱਖਿਓ ਫੇਰ ਪੁੱਛ ਲਿਆਂਗੇ ਜੇ ਦੀ ਗੱਲ ਕਿਸੇ ਨੂੰ ਵੀ ਨਹੀਂ ਗਾ ਪੁੱਛਣਾ ਨਾ ਹੀ ਨਹੀਂ ਲੈਣਾ ਸੋਨੂੰ ਨੂੰ ਵੀ ਸਗੋਂ ਦੱਸਦੀ ਪੁੱਛੇ ਨਾ ਕਿਤੇ ਰਾਏ ਗਲੀਏ ਤਾਇਆ ਟੱਕ ਤੇ ਪੁੱਛੀ ਨਾ ਉਹਨੂੰ ਸੋਨੂੰ ਨੂੰ ਤੇ ਮੈਂ ਡੱਕ ਡੱਕ ਰੱਖਣ ਡਈ ਫਿਰ ਮੈਂ ਉਹਨੂੰ ਕਹਿ ਦਿੰਦੀ ਸੋਨੂੰ ਨੂੰ ਭਾਵਾ ਨਾ ਜਾ ਹੋਰ ਨਾ ਮੁੜ ਕੇ ਫਿਰ ਪੰਚਾਇਤ 'ਚ ਗੱਲ ਜਾਣੀ ਆ ਨਾ ਫਿਰ ਕਿੱਦਾਂ ਕਰਨਾ ਵਾ ਫਿਰ ਉਹਨਾਂ ਨੇ ਕਹਿਣਾ ਤੁਹਾਡੇ ਕੋਲ ਬੰਦਾ ਕਿੱਥੋਂ ਆਇਆ ਏ ਫਿਰ ਗਾਂ ਦੇ ਗਾਂ ਹੋਰ ਗੱਲਾਂ ਨਿਕਲਣੀਆਂ ਸੀ ਸੋਨੂੰ ਨੂੰ ਕਹਿ ਦਿੰਦੀ ਆਹੋ ਚੱਲ ਆ ਜਾ ਤੂੰ ਵੀ ਗੱਲ ਤਾਂ ਉਹਨਾਂ ਦੇ ਪਾਪਾ ਜੀ ਵੀ ਸਿਆਣੀ ਆ ਉੱਦਾਂ ਵੀ ਜੇ ਵਾਕਿਆ ਹੀ ਕੋਈ ਗੱਲਬਾਤ ਹੋ ਗਈ ਤਾਂ ਕੌਣ ਜ਼ਿੰਮੇਵਾਰ ਹੋਊਗਾ ਢੱਕੀ ਰਹਿਣ ਦੇਣੀ ਚਾਹੀਦੀ ਗੱਲ ਲੈ ਸੋਨੂੰ ਹੋਣੀ ਵੀ ਆ ਗਏ ਜੇ ਕੋਈ ਗੱਲ ਚੱਲ ਪਈ ਤੇ ਗੱਲ ਗਾਂ ਦੀ ਗਾਂ ਨਿਕਲ ਆਉਣੀ ਆ ਤੇ ਸਾਰੇ ਪੋਲ ਜ਼ਾਹਰ ਹੋ ਜਾਣੇ ਆ ਪੋਲ ਤੇ ਜ਼ਾਹਰ ਹੋ ਜਾਣੇ ਆ ਜੇ ਭਾਜੀ ਕੱਲ ਨੂੰ ਹੋਰ ਕੋਹ ਨੂੰ ਖਵਾ ਕੇ ਤੁਹਾਨੂੰ ਮਰਵਾ ਦੂਗਾ ਫੇਰ ਚੱਲ ਸ਼ਾਹ ਪੁੱਤ ਇੱਕ ਵਾਰ ਤੇ ਸਿਆਣਿਆਂ ਨੇ ਆਖਿਆ ਮਾਫ਼ ਕਰ ਦੇਣਾ ਚਾਹੀਦਾ ਵਾ ਤੇ ਦੂਜੀ ਵਾਰ ਜਦੋਂ ਗੱਲ ਹੋਊ ਫਿਰ ਵੇਖੀ ਜੋ ਸੋਨੂੰ ਤੂੰ ਮੇਰਾ ਪੁੱਤ ਵਾ ਨਾ ਚੱਲ ਆਖੇ ਲੱਗੀਦਾ ਹੁੰਦਾ ਪੁੱਤ ਉਹ ਭਰਾ ਇੱਕ ਵਾਰ ਤੇ ਮੈਂ ਸਿਆਣੇ ਦੇ ਕਿਹਾ ਮਾਫ਼ ਕਰ ਦੂੰ ਤੇ ਦੂਜੀ ਵਾਰੀ ਸਿਆਣਾ ਰਿਹਾ ਹੀ ਨਾ ਦੱਸਣ ਜੋਗਾ ਤੇ ਫਿਰ ਕੀ ਕਰੂ ਹੁਣ ਤੇਰੇ ਪਾਪਾ ਜੀ ਨੇ ਗੱਲ ਕਹੀ ਆ ਵੀ ਸੰਗਲ ਲਿਆਓ ਤੇ ਇਹਨੂੰ ਸੰਗਲ ਪਾ ਦੇਣਾ ਕੰਮ ਦੇ ਨਾਲ ਨਾਲ ਰਹਿਣਾ ਇਹਦੇ ਜਦੋਂ ਕੰਮ ਕਰਨਾ ਇਹਨੇ ਤੇ ਜਦੋਂ ਇਹਨੇ ਵਿਹਲਾ ਹੋ ਜਾਣਾ ਉਦੋਂ ਸੰਗਲ ਪਾ ਦੇਣਾ ਤੇ ਫਿਰ ਫਾਇਦਾ ਕੀ ਆ ਇਹਨੂੰ ਸੁੱਟ ਕੇ ਆਓ ਕਿਤੇ ਪਹਿਲਾਂ ਤੈਨੂੰ ਸੰਗਲ ਪਾਓ ਇੱਕ ਜਣਾ ਫੇਰ ਨਾਲ ਇਹਦੇ ਫਾਹੇ ਲੱਗੂ ਸੰਗਲ ਫੜ ਕੇ ਨਾਲ ਤੁਰਿਆ ਫਿਰੂ
ਤੇ ਫਿਰ ਉਹ ਬੰਦਾ ਆਪ ਹੀ ਕੰਮ ਨਹੀਂ ਕਰ ਸਕਦਾ। ਜਿੱਦਾਂ ਇਹਨੂੰ ਮਾੜਾ ਮਾੜਾ ਹੁਣ ਪਤਾ ਲੱਗਦਾ ਨਾ, ਗੱਲ ਸਮਝਦਾ ਵਾ ਸਾਡੀ, ਜਿਹੜਾ ਕੰਮ ਅਸੀਂ ਇਹਨੇ ਕਰਦਾ ਹੀ ਆ, ਇਹਨੂੰ ਸਮਝ ਅੱਗੇ ਨਾਲੋਂ ਕਿੰਨਾ ਫਰਕ ਪੈ ਗਿਆ ਵਾ। ਦੋ ਚਾਰ ਦਿਨ ਸੰਗਲ ਪਾਵਾਂਗੇ, ਹੋ ਸਕਦਾ ਇਹਨੂੰ ਸਾਰੀ ਸਮਝ ਆ ਜਾਵੇ, ਕੋਈ ਪਤਾ ਨਹੀਂ ਹੁੰਦਾ ਰੱਬ ਦੇ ਰੰਗਾਂ ਦਾ। ਤੇ ਤੂੰ ਮੇਰਾ ਪੁੱਤ ਆਵੇ ਤੇਰੇ ਗਾੜੀ ਜੋੜੇ ਹੱਥ ਨਾ, ਹੁਣ ਵਾਧਾ ਕਰਿਓ, ਇਹ ਗੱਲ 'ਚ ਜ਼ਿਆਦਾ ਖਲਾਰਾ ਪੈ ਜਾਣਾ ਜੇ। ਮਾਤਾ ਮਰਜ਼ੀ ਤੁਹਾਡੀ ਆ, ਪਰ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਸਰੀਕਾ ਸਰੀਕਾ ਹੀ ਹੁੰਦਾ ਵਾ, ਉਹਨੇ ਇਹਨੂੰ ਰਹਿਣ ਨਹੀਂ ਦੇਣਾ, ਉਹਨੇ ਕੁਛ ਨਾ ਕੁਛ ਸਿਖਾ ਕੇ ਜਾਂ ਭਾਪੇ ਦਾ ਨੁਕਸਾਨ ਕਰਾ ਦੇਣਾ ਜਾਂ ਮੇਰਾ ਕਰਾ ਦੇਣਾ। ਚੱਲ ਅੱਛਾ, ਹੁਣ ਅੱਜ ਦੀ ਗੱਲ ਤੇ ਠੱਪੂ ਹਾਂ ਇੱਥੇ, ਚੱਲ ਮੰਨ ਜਾਊਗਾ, ਇੰਨੀ ਜਿੱਦ ਨਹੀਂ ਕਰੀਦੀ, ਕੁਛ ਨਹੀਂ ਹੁੰਦਾ। ਮੰਨਣ ਨੂੰ ਮੈਂ ਕਿਹੜਾ ਵਿਆਹ ਤੋਂ ਰੁੱਸਿਆ ਵਾ? ਰੁੱਸਣ ਦੀ ਗੱਲ ਨਹੀਂ ਹੁੰਦੀ, ਚੱਲ ਸਿਆਣੇ ਆ, ਉਹਨਾਂ ਨੇ ਫੈਸਲਾ ਲਿਆ, ਜਾਓ ਕੋਈ ਗੱਲ ਨਹੀਂ। ਪੁੱਤ ਤੇਰੇ ਪਾਪਾ ਜੀ ਬਹੁਤ ਕੁਛ ਸੋਚਣਾ ਪੈਂਦਾ ਵਾ, ਹੁਣ ਬਾਹਰ ਜਿਹੜਾ ਬੰਦਾ ਨਿਕਲਦਾ ਉਹਨੂੰ ਜ਼ਿਆਦੀਆਂ ਗੱਲਾਂ ਦਾ ਪਤਾ ਵਾ। ਨਿਆਣਿਆਂ ਦੀ ਨਿਆਣੀ ਮਤ ਹੁੰਦੀ, ਭਾਵੇਂ ਤੂੰ ਜਿੰਨੀ ਮਰਜ਼ੀ ਸਮਝ ਵਾਲਾ ਵਾ ਨਾ, ਤੈਨੂੰ ਪੁਰਾਣੀਆਂ ਪਿਛਲੀਆਂ ਵੱਡੀਆਂ ਗੱਲਾਂ ਦਾ ਨਹੀਂ ਕੋਈ ਪਤਾ ਹੁੰਦਾ ਵੀ ਕੀ ਕੁਛ ਗਾੜੀ ਆਉਣ ਵਾਲੇ ਸਮੇਂ 'ਚ ਵਾ। ਉਹ ਮਾਤਾ ਮੈਂ ਸਭ ਸਮਝਣਾ, ਅੱਜ ਕੱਲ੍ਹ ਦੁਨੀਆ ਕੀ ਕਰਨ ਦੀ ਆ। ਚੱਲ ਕੋਈ ਨਹੀਂ, ਐਰਕਾਂ ਦੀ ਵਾਰੀ ਮਾਫ਼ ਕਰੋ ਤੇ ਗਾੜੀ ਫਿਰ ਵੇਖਾਂਗੇ। ਪੁੱਤ ਤੂੰ ਠੀਕ ਆ, ਹੁਣ ਲਿਆਂਦੀ ਦਵਾਈ? ਹਾਂਜੀ ਮੰਮੀ ਲਿਆਂਦੀ। ਚੱਲ ਕੋਈ ਨਹੀਂ, ਬਹੁ ਗੱਡੀ ਤੇ ਆ ਜਾਓ। ਉਹ ਉਦਾਂ ਵੇਖ ਕੇ ਉਦਾਂ ਦਾ ਖੁਸ਼ ਨਹੀਂ ਪਈ, ਇਹਨਾਂ ਦੇ ਪੱਠੇ ਪੈਣ ਦੇ ਆ ਤੇ ਮੈਂ ਰੋਲਦਾ ਫਿਰਦਾ, ਮੈਨੂੰ ਆ ਵੱਢਣੇ ਪੈਂਦੇ। ਇਹੋ ਤੇ ਗੱਲ ਆ ਵੀ ਸਰੀਕ ਜਿਹੜੇ ਸਿਹਰੇ ਲਾ ਕੇ ਨਹੀਂ ਢੁੱਕਦੇ, ਹੋਰ ਸਾਰੇ ਕੰਮ ਕਰਦੇ ਆ। ਤਾਂਹੀਓ ਤੇ ਆਖਿਆ ਵੀ ਇੱਕ ਵਾਰ ਤੁਸੀਂ ਵੇਖੋ ਤੇ ਗਾੜੀ ਫਿਰ ਵੇਖਾਂਗੇ ਬਾਅਦ 'ਚ। ਇੱਕ ਵਾਰੀ ਕਰੋ, ਇੱਕ ਵਾਰੀ ਰਹਿਣ ਦਿਓ, ਵੇਖੀ ਮੈਂ ਸਿਹਰੇ ਲਾਉਣ ਜੋਗਾ ਸਿਹਰ ਹੀ ਨਹੀਂ ਛੱਡਣਾ। ਮੇਰੇ ਭਰਾਵਾ ਹੀ ਤਾਂ ਹੀ ਤੇ ਤੈਨੂੰ ਡੱਕ ਡੱਕ ਰੱਖਣ ਡਏ ਆ, ਤੈਨੂੰ ਖੁੱਲ ਦੇ ਦਾਂਗੇ ਜੇ ਦੇਣ ਦਾ ਮੌਕਾ ਆਊਗਾ ਤੇ ਖੁੱਲ ਦੇ ਦਾਂਗੇ, ਨਹੀਂ ਤੇ ਉਹਨਾਂ ਚਿਰ ਮਾਨ ਨਾ ਬਹਿ ਜਾ ਤੇ ਜਾਓ। ਫਿਰ ਕੱਲ ਨੂੰ ਹੋ ਗਿਆ ਨਾ ਤੇ ਫਿਰ ਮੈਨੂੰ ਨਹੀਂ ਕਹਿਣਾ ਕੋ, ਸਹੀ? ਚੱਲ ਕੋਈ ਨਹੀਂ, ਵੇਖਾਂਗੇ ਗੱਡੀ ਤੁਸੀਂ। ਸੁਮਨ ਬਹਿ ਜਾ ਪੁੱਤ ਤੂੰ ਵੀ। ਨਹੀਂ ਕੋਈ ਨਹੀਂ, ਕਰਕੇ ਚੱਲ ਜਾਣਾ। ਮੈਂ ਵੀ ਮੁੰਡਾ ਮੈਨੂੰ ਆਖਣ ਡਿਆ ਤੈਨੂੰ ਕੁੜੀ ਨੇ ਫਸਾਉਣਾ ਫਸਾਉਣਾ ਸੀ, ਉਹ ਵੀ ਆਣ ਕੇ ਇੱਥੇ ਬਹਿ ਗਿਆ ਤੇ ਮੈਂ ਹੁਣ ਚੱਲ ਜਾਂਦੀ ਹਾਂ ਇੱਥੋਂ ਘਰੋਂ, ਹਜ਼ੂਰ ਸਾਹਿਬ ਚੱਲ ਜਾਂਦੀ ਹਾਂ ਤੇ ਮੇਰੇ ਲੰਘ ਜਾਣੇ ਉੱਥੇ ਵੀ ਪਾਈ ਜਾਣਾ। ਤੇ ਹੁਣ ਤਾਂ ਆਂਢ ਗੁਆਂਢ ਵੀ ਮੈਨੂੰ ਪੁੱਛਣ ਡਿਆ ਪਿਆ, ਮੈਂ ਕੀ ਜਵਾਬ ਦੇਵਾਂ ਹੁਣ? ਲੀੜੇ ਮੈਂ ਪਾ ਲਏ ਆ, ਚੱਲ ਇੱਦਾਂ ਹੀ ਕਰਦੀ ਹਾਂ। ਮੁੰਡਾ ਉੱਥੇ ਬਾਹਰ ਵਾ, ਮੁੰਡਾ ਵਿਚਾਰਾ ਉੱਥੇ ਤਰਲੇ ਲੈਣ ਡਿਆ, ਤੈਨੂੰ ਫਸਾ ਤਾ। ਕਿੱਥੇ ਮਾਤਾ ਜੀ? ਸੁਖਬੀਰ ਕੌਰ ਉਹ ਤਾਂ ਪੁੱਤ ਘਰ ਹੈ ਨਹੀਂ ਗੀ। ਘਰ ਹੈ ਨਹੀਂ, ਕਿੱਥੇ ਗਈ ਜੇ? ਪਤਾ ਨਹੀਂ ਮੈਨੂੰ ਕਿੱਥੇ ਭਜਾਤਾ ਉਹਨੂੰ। ਤੁਹਾਨੂੰ ਕਿੱਦਾਂ, ਇੱਦਾਂ ਕਿੱਦਾਂ ਹੋ ਸਕਦਾ ਕਿ ਤੁਹਾਨੂੰ ਪਤਾ ਨਹੀਂ? ਉਹ ਤਾਂ ਕੱਲ੍ਹ ਦੀ ਪਤਾ ਨਹੀਂ ਕਿੱਥੇ ਕੁੜੀ ਨੂੰ ਲੈ ਕੇ ਆਓ। ਇੱਧਰ ਜਰਾ ਬਾਹਰ ਇੱਧਰ ਉਹ ਬਵੋ, ਗੱਲ ਦੱਸੋ ਆਣ ਕੇ ਜਰਾ, ਜਿਹੜੀ ਗੱਲ ਸਿੱਧੀ ਹੈਗੀ। ਪੁੱਛ ਗਿੱਛ ਕਰਨੀ ਇੱਥੇ ਬਹੁਤ ਸਾਹਮਣੇ, ਹੱਦ ਹੋ ਗਈ ਹੈ ਤੁਹਾਡੇ ਵਾਲੀ। ਤੁਸੀਂ ਕਹਿਣ ਡੇ ਪਤਾ ਨਹੀਂ, ਪਤਾ ਕਿਹਨੂੰ ਨੇ? ਤੁਹਾਨੂੰ ਪਤਾ ਮੈਟਰ ਕਿਹੜਾ ਵਾ? ਲਾਪਤਾ ਦਾ ਮਸਲਾ ਵਾ, ਰਿਪੋਰਟ ਲਿਖਾਈ ਉਹਦੇ ਬਾਰੇ। ਪਤਾ ਵੀ ਹੈ ਕੀ ਹੁੰਦਾ ਵਾ, ਪਤਾ ਲੱਗ ਜੂਗਾ ਨਾ ਜਦੋਂ ਪੁੱਛਗਿੱਛ ਕੀਤੀ ਸਾਰੀ। ਤੁਹਾਨੂੰ ਸਾਰਾ ਕੁਝ ਦੱਸ ਦਿੰਦੇ ਹਾਂ ਜੇ ਤੁਹਾਨੂੰ ਪਤਾ ਨਹੀਂ ਆ। ਪਤਾ ਇਹ ਵਾਲੀ ਗੱਲਾਂ ਕਦੇ ਹੁੰਦੀਆਂ ਘਰ ਦੇ ਵਿੱਚ? ਗੱਲ ਹੋਈ ਹੋਵੇ ਤੇ ਤੁਹਾਨੂੰ ਪਤਾ ਨਾ ਹੋਵੇ ਕੀ ਪੁੱਤ ਹੋਇਆ? ਮੈਨੂੰ ਤਾਂ ਕੋਈ ਦੱਸਿਆ ਹੀ ਨਹੀਂ ਉਹਨਾਂ ਨੇ। ਕੋਈ ਨਹੀਂ, ਬਹੁ ਇੱਥੇ ਬਹੁ, ਪਹਿਲਾਂ ਦੱਸ ਦਿੰਦੇ ਤੁਹਾਨੂੰ ਸਾਰਾ ਹੀ। ਤੁਸੀਂ ਬਹੁ,
ਤੁਸੀਂ ਆਓ ਇੱਥੇ ਬਾਹਰ ਲਿਆਓ, ਇੱਥੇ ਭਗਵਾਨ ਕੇ ਆ ਜਾਓ, ਅਸੀਂ ਵੀ ਬਹਿ ਜਾਂਦੇ ਹਾਂ, ਲਿਆਓ ਲਿਆਓ ਕੁਰਸੀਆਂ, ਲਿਆਓ ਕੁਰਸੀਆਂ ਕੱਢੋ ਬਾਹਰ। ਆਓ ਬੈਠੋ, ਤੁਸੀਂ ਵੀ ਤੁਹਾਡੇ ਨਾਲ ਹੀ ਗੱਲ ਕਰਨੀ ਹੈ। ਕੋਈ ਨੀ, ਤੁਸੀਂ ਬਹਿ ਜਾਓ। ਲਾਪਤਾ ਦਾ ਮਸਲਾ ਵਾ, ਤੁਸੀਂ ਵੇਖੋ ਤੇ ਸਹੀ ਨਾ ਆਪੇ ਹੀ। ਧੀ ਮੇਰੀ ਤੇ ਅੱਗੇ ਬੜੀ ਔਖੀ ਆ, ਹੈ ਤੇ ਮੈਂ ਉਦੋਂ ਔਖੀ ਹੋ ਗਈ ਉਹਨੂੰ ਵਿਆਹ ਕੇ, ਉਹ ਤੇ ਬੜੇ ਚੰਦਰੇ ਮੈਨੂੰ ਪਏ ਆ, ਹੈ ਤਲਾਕ ਕਦੀ ਆਖ ਦਿੰਦੇ ਕਦੀ ਕੋਹ, ਕੁੜੀ ਤੇ ਮੇਰੀ ਇੱਥੇ ਰਹਿੰਦੀ ਮੇਰੇ ਕੋਲ। ਮਾਤਾ ਜੀ ਅਸੀਂ ਤਲਾਕ ਨਹੀਂ ਕਰਾਉਣ ਆਏ, ਨਾ ਹੀ ਤਲਾਕ ਕਰਾਉਣਾ ਵਾ, ਸਾਨੂੰ ਤੁਸੀਂ ਬਸ ਇੰਨਾ ਦੱਸੋ ਵੀ ਤੁਹਾਡੀ ਕੁੜੀ ਹੈ ਕਿੱਥੇ ਆ, ਜੇ ਮੁੱਕਦੀ ਗੱਲ ਕਰੋ ਮੈਂ ਤੁਹਾਨੂੰ ਦੱਸਦੀ ਨਾ। ਮੈਡਮ ਇਹਨਾਂ ਨੇ ਨਹੀਂ ਜੇ ਕੁਛ ਵੀ ਦੱਸਣਾ, ਜਾਓ ਆਪ ਅੰਦਰ ਜਾ ਕੇ ਵੇਖੋ, ਝਾਤੀ ਮਾਰੋ ਕਿਤੇ ਅੰਦਰ ਤੇ ਨਹੀਂ ਕਿਤੇ ਲੁਕਾਈ ਬਿਠਾਈ ਇਹਨਾਂ ਨੇ ਕਿਤੇ, ਲੱਗਦਾ ਤੇ ਇੱਦਾਂ ਹੀ ਆ ਵੀ ਮਾਰਾ। ਵੇਖ ਕੇ ਆਓ, ਜਾਓ ਪਿਛਲੇ ਕਮਰੇ 'ਚ ਜਾਓ ਵੇਖ ਕੇ ਆਓ, ਇਹਨਾਂ 'ਤੇ ਕੋਈ ਯਕੀਨ ਨਹੀਂ ਸਾਨੂੰ। ਮੈਂ ਵੇਖ ਕੇ ਆਉਂਦੀ ਅੰਦਰੋਂ, ਇਹ ਤਾਂ ਕੋਈ ਸਿੱਧੀ ਗੱਲ ਹੀ ਨਹੀਂ ਕਰਦੇ, ਅਸੀਂ ਜਦੋਂ ਗੱਲ ਕਰਨ ਡੇ ਤੁਹਾਡੇ ਨਾਲ ਵੀ ਸਾਨੂੰ ਸਿੱਧੀ ਗੱਲ ਦੱਸੋ ਅਸੀਂ ਜਿਹੜੀ ਗੱਲ ਕਰਨਾ ਆ, ਤੁਸੀਂ ਸਾਨੂੰ ਐਵੇਂ ਇੱਧਰ ਉੱਧਰ ਦੀਆਂ ਸੁਣਾਈ ਜਾਂਦੇ, ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ, ਪਤਾ ਹੁਣ ਬਾਹਰਲਿਆਂ ਨੂੰ ਥੋੜ੍ਹਾ ਵਾ। ਦੱਸੋ ਮਾਤਾ ਜੀ ਤੁਹਾਨੂੰ ਪੁੱਛਣ ਡੇ ਹਾਂ। ਮੈਂ ਪੁੱਤ ਤੈਨੂੰ ਕੀ ਦੱਸਾਂ, ਮਾਤਾ ਜੀ ਤੁਸੀਂ ਹੀ ਦੱਸਣਾ ਵਾ ਕਿਹਨੂੰ ਅਸੀਂ ਪੁੱਛਣਾ ਕਿਹਨੂੰ ਅਸੀਂ। ਮਾਤਾ ਨੂੰ ਜਾ ਕੇ ਪੁੱਛਦੇ ਹਾਂ ਵੀ ਮਾਤਾ ਤੂੰ ਕਿੱਧਰ ਦੀ ਤਿਆਰੀ ਕੀਤੀ ਹੈ। ਮਾਤਾ ਬੜਾ ਸਮਾਨ ਸਮੂਨ ਪੈਕ ਕਰਕੇ ਬੜੀ ਤਿਆਰੀ ਕੀਤੀ ਹੈ, ਕਿੱਧਰ ਦੀ ਤਿਆਰੀ ਆ? ਮੈਂ ਤਾਂ ਪੁੱਤ ਹਜੂਰ ਸਾਹਿਬ ਚੱਲੀ ਸੀ। ਮਾਤਾ ਇੱਥੇ ਤੂੰ ਸਾਰੇ ਆਂਢ ਗਵਾਂਢ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਭੰਬਰ ਭੁੱਸੇ 'ਚ ਪਾਇਆ ਏ ਤੇ ਆਪ ਤੂੰ ਸਮਾਨ ਪੈਕ ਕਰਕੇ ਤੇ ਚੱਲ ਜਾ ਉੱਥੇ ਹਜੂਰ ਸਾਹਿਬ। ਮੈਂ ਪੁੱਤ ਕੀ ਕੀਤਾ, ਲੋਕਾਂ ਦੀਆਂ ਤੂੰ ਨੀਂਦਰਾਂ ਹਰਾਮ ਕੀਤੀਆਂ ਤੇ ਆਪ ਤੂੰ ਹਜੂਰ ਸਾਹਿਬ ਦੀਆਂ ਤਿਆਰੀਆਂ 'ਚ ਬੈਠੀ ਏ। ਮੈਂ ਤੇ ਪੁੱਤ ਮੈਨੂੰ ਪਤਾ ਹੀ ਨਹੀਂ ਮੈਂ ਕੀ ਕੀਤਾ ਵਾ, ਦੱਸ। ਫੇਰ ਉਹੀ ਗੱਲ ਬਾਰ ਬਾਰ ਮੈਡਮ ਕਰੀ ਜਾਣੇ ਵੀ ਮੈਂ ਕੁਛ ਕੀਤਾ ਨਹੀਂ ਕੀਤਾ ਨਹੀਂ। ਮਾਤਾ ਜਾਣਦੀ ਹੈ ਸਾਰਾ ਕੁਝ, ਉੱਧਰ ਜਾਣ ਕੇ ਸਾਨੂੰ ਛਦਾਈ ਬਣਾਉਣ ਡਈ ਆ, ਪੁਲਿਸ ਦੇ ਹੱਥ ਬੜੇ ਲੰਮੇ ਆ, ਇੱਕ ਵਾਰੀ ਸਾਡੇ ਹੱਥ ਆ ਗਈ ਨਾ ਛੱਡਣੀ ਨਹੀਂ ਆਪਾਂ। ਸਿੱਧੀ ਗੱਲ ਕਰੋ, ਜਿਹੜੀ ਕੋਈ ਗੱਲ ਕਰਨ ਵਾਲੀ ਇਹ ਦੋ ਟੁੱਕ ਜਿਹੜੀ ਗੱਲ ਏ। ਅਸੀਂ ਜਿਹੜੀ ਰਿਪੋਰਟ ਲਿਖਾਈ ਉਹਦੀ ਇਨਵੈਸਟੀਗੇਸ਼ਨ ਕਰਨ ਆਏ ਆ, ਜੇ ਤੇ ਪੁਲਿਸ ਨਾਲ ਕੋਆਪਰੇਟ ਕਰੋਗੇ ਤੇ ਕੀ ਪਤਾ ਬਚ ਜਾਵੇ। ਸੀਆਈਡੀ ਨੇ ਸਾਰਾ ਕੁਝ ਸਾਨੂੰ ਦੱਸਿਆ, ਪਹਿਲਾਂ ਇਨਵੈਸਟੀਗੇਸ਼ਨ ਹੋ ਚੁੱਕੀ ਏ ਸਾਰੀ, ਤੁਸੀਂ ਸਿੱਧੀ ਗੱਲ ਤੇ ਆਉਣੀ ਨਹੀਂ ਡੇ। ਤੁਸੀਂ ਸਾਡੇ ਨਾਲ ਕੋਆਪਰੇਟ ਕਰੋ, ਸਾਨੂੰ ਸੱਚਾਈ ਦੱਸੋ ਵੀ ਕਿੱਥੇ ਗਈ ਹੋ, ਔਰ ਤੁਸੀਂ ਜਾਣਦੇ ਜੇ ਕਿੱਥੇ ਰੱਖਿਆ ਤੁਸੀਂ ਇਹਨੂੰ, ਕਿੱਥੇ ਭਜਾਇਆ ਉਹਨੂੰ? ਮੈਨੂੰ ਪੁੱਤ ਹੁਣ ਦੱਸ ਕੇ ਨਹੀਂ ਗਈ ਕਿ ਮੈਂ ਦੱਸਾਂਗੀ। ਹਰ ਗੱਲ ਦਾ ਹੱਲ ਹੁੰਦਾ ਵਾ ਮਾਤਾ ਜੀ, ਕੋਈ ਵੀ ਜਦੋਂ ਆਪਾਂ ਨਿਬੇੜਨ ਤੇ ਆਈਏ ਸਾਰੀਆਂ ਨਿਬੜ ਜਾਂਦੀਆਂ ਵਾ, ਪਰ ਕੋਈ ਕਿਸੇ ਤਰੀਕੇ ਦੇ ਸਿੱਧੀ ਸਾਡੇ ਨਾਲ ਗੱਲ ਤੇ ਕਰੋ। ਲੱਗਦਾ ਅੱਜ ਨਹੀਂ ਮਾਤਾ ਨੇ ਸਾਨੂੰ ਮੈਡਮ ਅੱਜ ਕੁਝ ਦੱਸਣਾ, ਇਹਨਾਂ ਨੇ ਨਹੀਂ ਦੱਸਣਾ ਤੇ ਆਓ ਚੱਲੀਏ ਮੈਡਮ, ਜਿੱਦਣ ਅਸੀਂ ਲੱਭਣ ਤੇ ਆ ਗਏ ਨਾ ਮਾਤਾ, ਅਸੀਂ ਲੱਭ ਲਾਂਗੇ, ਸਾਨੂੰ ਰਾਹ ਦੂਜੇ ਵੀ ਆਉਂਦੇ ਹੀ ਹੋ। ਜੇ ਤਾਂ ਤੁਸੀਂ ਸਾਡਾ ਕੋਆਪਰੇਟ ਕਰਦੇ ਤਾਂ ਹੋ ਸਕਦਾ ਬਚਾਅ ਹੋ ਜਾਂਦਾ, ਪਰ ਲੱਗਦਾ ਕਿ ਤੁਸੀਂ ਕੋਆਪਰੇਟ ਨਹੀਂ ਕਰਨਾ। ਆਓ ਮੈਡਮ ਆਓ ਚੱਲੀਏ।
ਪੁੱਤ ਮੇਰਾ ਕਿਤੇ ਇੱਡਾ ਨੇਕ ਅਤੇ ਇੱਡਾ ਕਿਤੇ ਚੰਗਾ ਨਿਕਲਿਆ ਅਤੇ ਇਹਨੇ ਕਿ ਮੈਨੂੰ ਕਿਹੜਿਆਂ ਸਿਆਪਿਆਂ ਦੇ ਵਿੱਚ ਪਾਤਾ ਮੈਂ ਤਾਂ ਜੰਮਦੀ ਦਾ ਮੈਂ ਰਗਾਂ ਘੁੱਟ ਦਿੰਦੀ ਮਰ ਜਾਂਦੀ ਹੈ ਮੈਂ ਕਿਤੇ ਨਾ ਇਹ ਦਿਨ ਵੇਂਦੀ ਨਾ ਮੈਂ ਕਦੀ ਵੇਖੇ ਹੀ ਇਹੋ ਜਿਹੇ ਨਾ ਮੈਨੂੰ ਪਤਾ ਹੀ ਕਿਸ ਗੱਲ ਦਾ ਹੁਣ ਇਹਨਾਂ ਮੈਨੂੰ ਛੱਡਣਾ ਵਾ ਵਾਰ ਵਾਰ ਹੁਣ ਪੁਲਿਸ ਨੇ ਇੱਥੇ ਆਵਾਂ ਜਿਹਨੂੰ ਨਹੀਂ ਪਤਾ ਉਹਨੂੰ ਵੀ ਪਤਾ ਲੱਗ ਗਿਆ ਚੰਗੀ ਕੀਤੀ ਇਹਨੇ ਚੰਗੀ ਮੈਂ ਕੋਲ ਰੱਖ ਕੇ ਅਤੇ ਖੱਟਿਆ ਹੀ ਉਹ ਅਤੇ ਉਹਨੂੰ ਵੀ ਰੱਖਿਆ ਮੈਂ ਕੋਲ ਮੈਨੂੰ ਕੀ ਪਤਾ ਸੀ ਉਹਨੇ ਇਸ ਤਰ੍ਹਾਂ ਕਰ ਦੇਣੀ ਆ ਐਡਾ ਪਾਪੀ ਨਿਕਲਿਆ ਉਹ ਜਿਹਨੇ ਇੰਨਾ ਕਰ ਦਿੱਤਾ ਹੁਣ ਆਪ ਤਾਂ ਘਰੋਂ ਨਿਕਲ ਗਏ ਅਤੇ ਮੈਂ ਹੁਣ ਕਿੱਥੇ ਨਿਕਲ ਜਾ ਜੇ ਹੁਣ ਮੈਂ ਗਈ ਵੀ ਤਾਂ ਅਗਲਿਆ ਮੈਨੂੰ ਟੇਸਣ 'ਤੇ ਹੀ ਫੜ ਲੈਣਾ ਵਾ ਨਾ ਉਹਨਾਂ ਨੇ ਮੈਨੂੰ ਗਾਂਹ ਜਾਣ ਦੇਣਾ ਨਾ ਉਹਨਾਂ ਮੈਨੂੰ ਗੱਡੀ ਚੜ੍ਹਨ ਦੇਣਾ ਕੀ ਕਰਾਂ ਹੁਣ ਮੈਂ ਨਾ ਮੈਂ ਮਰਦਿਆਂ 'ਚੋਂ ਤਾਂ ਨਾ ਹੁਣ ਮੈਂ ਜਿਉਂਦਿਆਂ ਵਿੱਚੋਂ Thank you.